ਚੰਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਰਾਜੇਂ ਵਰਮਾ ਵੱਲੋਂ ਪਿਆਰ ਭਰੀ ਸਤਿ ਸ਼ਕਾਲ। ਦੋਸਤੋ ਗੱਲ ਕਰਦੇ ਹਾਂ ਬਾਲੀਵੁੱਡ ਦੀ। ਬਾਲੀਵੁੱਡ ਅਦਾਕਾਰਾਂ ਰਾਖੀ ਸਾਮਨ ਜੋ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਦੇ ਹਾਂ। ਉਹਨਾਂ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਸੰਘਰਸ਼ਪ੍ਰੀ ਰਹੀ। ਐਨੀ ਸੰਘਰਸ਼ਪ੍ਰੀ ਜ਼ਿੰਦਗੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਾਲੀਵੁੱਡ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾਈ। ਉਹਨਾਂ ਨੂੰ ਬਿੱਗ ਬਾਸ ਸੀਜ਼ਨ 1 ਤੋਂ ਇੱਕ ਵੱਖਰੀ ਪਛਾਣ ਮਿਲੀ। ਕਿਹਾ ਜਾਂਦਾ ਹੈ ਕਿ ਜਦ ਵੀ ਉਹ ਆਪਣੇ ਪਾਸਟ ਨੂੰ ਯਾਦ ਕਰਦੇ ਨੇ ਯਾਨੀ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਨੇ ਤਾਂ ਹਮੇਸ਼ਾ ਉਦਾਸ ਹੋ ਜਾਂਦੇ ਨੇ ਆਓ ਤੁਹਾਨੂੰ ਦੱਸਦੇ ਹਾਂ ਰਾਖੀ ਸਾਵਨ ਦੀ ਜ਼ਿੰਦਗੀ ਬਾਲੀਵੁੱਡ ਅਦਾਕਾਰਾ ਰਾਖੀ ਸਾਵਨ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੀ ਹੈ ਟੀਵੀ ਹੋਵੇ ਜਾਂ ਬਾਲੀਵੁੱਡ ਇੰਡਸਟਰੀ ਰਾਖੀ ਸਾਵਨ ਨੇ ਆਪਣੇ ਦਮਤੇ ਇੱਕ ਵੱਖਰੀ ਪਛਾਣ ਬਣਾਈ ਹੈ ਦੱਸ ਦਈਏ ਕਿ ਰਾਖੀ ਸਾਵਨ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਰਾਖੀ ਸਾਵਨ ਨੇ ਜੋ ਕੁਝ ਵੀ ਕੀਤਾ ਆਪਣੇ ਦਮਤੇ ਕੀਤਾ ਆਪਣੇ ਦਮਤੇ ਹੀ ਰਾਖੀ ਸਾਵਨ ਨੇ ਫਿਲਮ ਇੰਡਸਟਰੀ ਵਿੱਚ ਇੱਕ ਵੱਖਰੀ ਪਛਾਣ ਬਣਾਈ ਕਦੇ ਰਾਖੀ ਸਾਹਬ ਨੇ ਆਪਣੇ ਬਿਆਨ ਨੂੰ ਲੈ ਕੇ ਸੁਰੱਖਿਆ ਵਿੱਚ ਰਹਿੰਦੀ ਤਾਂ ਕਦੇ ਆਪਣੀ ਹਰਕਤਾਂ ਕਰਕੇ ਰਾਖੀ ਸਾਹਬ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਕਾਰਨ ਸੁਰੱਖਿਆ ਵਿੱਚ ਬਣੀ ਰਹਿੰਦੀ ਹੈ ਪਰ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਨੇ ਅੱਜ ਵੀ ਰਾਖੀ ਸਾਹਬ ਆਪਣੇ ਬੁਰੇ ਸਮੇਂ ਨੂੰ ਜਦ ਯਾਦ ਕਰਦੀ ਹੈ ਤਾਂ ਰੋ ਪੈਂਦੀ ਹੈ ਰਾਖੀ ਸਾਹਬ ਦੀ ਜ਼ਿੰਦਗੀ ਨਾਲ ਜੁੜੇ ਕੌੜੀ ਸੱਚਾਈ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਰਾਖੀ ਸਾਹਬ ਇੱਕ ਵਾਰ ਇੱਕ ਸ਼ੋਅ ਵਿੱਚ ਪਹੁੰਚੀ ਸੀ ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦੀ ਕੌੜੀ ਸੱਚਾਈ ਅਤੇ ਆਪਣੇ ਦਿਲ ਚ ਛੁਪੇ ਦਰਦ ਨੂੰ ਲੋਕਾਂ ਸਾਹਮਣੇ ਦੱਸਿਆ ਸੀ राखी सावंत ਦਾ ਅਸਲੀ ਨਾਮ ਨੀਰੂਪੇਦਾ ਹੈ ਅਦਾਕਾਰ ਨੇ ਇੰਡਸਟਰੀ ਵਿੱਚ ਆਪਣੀ ਕਿਸਮ ਚਮਕਾ ਰਿਪੀਟ ਅਦਾਕਾਰ ਨੇ ਇੰਡਸਟਰੀ ਵਿੱਚ ਆਪਣੀ ਕਿਸਮ ਚਮਕਾਉਣ ਲਈ ਆਪਣਾ ਨਾਮ ਬਦਲ ਲਿਆ ਸੀ ਰਾਖੀ ਨੇ ਉਸ ਸ਼ੋਅ ਵਿੱਚ ਦੱਸਿਆ ਸੀ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਸ ਦੀ ਮਾਂ ਹਸਪਤਾਲ ਵਿੱਚ ਕੰਮ ਕਰਦੀ ਸੀ ਅਤੇ ਪਿਤਾ ਮੁੰਬਈ ਪੁਲਿਸ ਵਿੱਚ ਕਾਂਸਟੇਬਲ ਸਨ ਰਾਖੀ सावंत ਦਾ ਪਰਿਵਾਰ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਸੀ ਕਈ ਵਾਰ ਅਜੇਹਾ ਸਮਾਂ ਵੀ ਦੇਖਣਾ ਪਿਆ ਜਦੋਂ ਖਾਣ ਨੂੰ ਕੋਈ ਭੋਜਨ ਨਹੀਂ ਹੁੰਦਾ ਸੀ ਅਜਿਹੇ ਸਮੇਂ ਵਿੱਚ ਗਵਾਂਢੀ ਖਾਣਾ ਦਿੰਦੇ ਸਨ ਅਤੇ ਕਈ ਵਾਰ ਉਹ ਭੁੱਖੇ ਵੀ ਸੌ ਜਾਂਦੇ ਸਨ ਰਾਖੀ ਨੂੰ ਸ਼ੁਰੂ ਤੋਂ ਹੀ ਐਕਟਿੰਗ ਅਤੇ ਡਾਂਸ ਦਾ ਸ਼ੌਂਕ ਸੀ ਅਜਿਹੇ ਚ ਜਦੋਂ ਰਾਖੀ ਘਰ ਵਿੱਚ ਡਾਂਸ ਕਰਦੀ ਸੀ ਤਾਂ ਰਾਖੀ ਦਾ ਮਾਮਾ ਉਸ ਨੂੰ ਮਾਰਦਾ ਹੁੰਦਾ ਸੀ ਇਸ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਘਰ ਵਿੱਚ ਕੁੜੀਆਂ ਡਾਂਸ ਨਹੀਂ ਕਰ ਸਕਦੀ ਸੀ ਯਾਨੀ ਕਿ ਕੁੜੀਆਂ ਨੂੰ ਡਾਂਸ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਰਾਖੀ ਦੇ ਪਰਿਵਾਰਕ ਮੈਂਬਰ ਉਸ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਰਾਖੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਰਾਖੀ ਨੇ ਇੱਕ ਦਿਨ ਬਗਾਵਤ ਕੀਤੀ ਅਤੇ ਘਰ ਵਿੱਚ ਰੱਖੇ ਪੈਸੇ ਚੋਰੀ ਕਰਕੇ ਉੱਥੋਂ ਭੱਜ ਗਈ ਜਦੋਂ ਰਾਖੀ ਬਗਾਵਤ ਕਰਕੇ ਕਰੋਪਜੀਤ ਤਾਂ ਸਾਰਿਆਂ ਨੇ ਉਸ ਨਾਲ ਰਿਸ਼ਤਾ ਤੋੜ ਲਿਆ ਬਾਲੀਵੁੱਡ ਦੀ ਵਧੇਰੀ ਖਬਰਾਂ ਜਾਣਨ ਲਈ ਜੁੜੇ ਰਹੋ ਜਨਰਲ ਸ਼ਾਨ ਪੰਜਾਬੀ ਦੇ ਨਾਲ